ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ। ਤੇ ਕੀ ਨਾਮ ਤੁਹਾਡਾ ਜੀ? ਇਹ ਜਿਹੜੀ ਤੁਸੀਂ ਬਿਲਡਿੰਗ ਬਣਾ ਰਹੇ ਹੈ ਜੀ, ਇਹ ਕਮਰਸ਼ੀਅਲ ਬਣਾ ਰਹੇ ਜਾਂ ਰੈਜ਼ੀਡੈਂਸ? ਰੈਜ਼ੀਡੈਂਸ਼ੀਅਲ। ਅੱਜ ਜਿਹੜੇ ਇੱਥੇ ਕਾਰਪੋਰੇਸ਼ਨ ਦਫ਼ਤਰ ਆਏ ਸੀਗੇ, ਅਫਸਰ ਆਏ ਸੀ, ਉਹ ਨੋਟਿਸ ਲਾ ਕੇ ਗਏ ਆ ਜੀ, ਕੀ ਕਾਰਨ ਕੀ ਹੈ ਨੋਟਿਸ ਲਾਉਣ ਦਾ? ਉਹਨਾਂ ਦਾ ਨੋਟਿਸ ਉਹਨਾਂ ਨੇ ਦੱਸਿਆ, ਪਹਿਲਾਂ ਉਹਨਾਂ ਨੇ 31 ਤਰੀਕ ਨੂੰ ਇੱਥੇ ਮੇਰੇ ਬਾਤ ਦੇ ਵਿੱਚ ਆਏ ਆ। ਉਸ ਤੋਂ ਪਹਿਲਾਂ ਉਹਨਾਂ ਨੇ ਆਏ, ਉਹ ਕਹਿੰਦੇ ਜੀ ਤੁਸੀਂ ਉੱਪਰ ਨਹੀਂ ਆ, ਇਹਦੀ ਇੱਕ ਕੰਧਾਂ ਕਰੋ, ਕੰਧਾਂ ਕਰਕੇ ਸਲੈਬ ਪਾਓ, ਫਿਰ ਕੰਧਾਂ ਕਰੋ, ਫਿਰ ਸਲੈਬ ਪਾਓ। ਅਸੀਂ ਇਸ ਤਰ੍ਹਾਂ ਹੁਣ ਬੰਦੇ ਅੰਦਰ ਆਹ ਲੱਗੇ ਆ ਦੁਬਾਰਾ ਕਰਨ। ਤੁਸੀਂ ਨਕਸ਼ਾ ਦਾ ਪਾਸ ਕਰਵਾਇਆ ਜੀ? ਪਾਸ ਕਰ। ਜਿਹੜੀ ਇਹ ਬਿਲਡਿੰਗ ਬਣ ਰਹੀ ਆ, ਇਹ ਨਕਸ਼ੇ ਦੇ ਅਕੋਰਡਿੰਗ ਬਣਦੀ ਆ ਜੀ? ਬਣ। ਜੋ ਨਕਸ਼ਾ ਬਣਿਆ ਉਹਦੇ ਹਿਸਾਬ ਨਾਲ ਬਣਦੀ ਆ। ਫਿਰ ਕਾਹਦੇ ਨੋਟਿਸ ਲਗਾਤਾ ਜੀ? ਨੋਟਿਸ ਕਾਹਦੇ ਲਗਾਇਆ ਜੀ, ਕੀ ਕਾਰਨ? ਬਸ ਉਹ ਆਹੀ ਆ, ਉਹ ਕਹਿੰਦੇ ਵੀ ਸਾਡੇ ਕਿਸੇ 'ਤੇ ਤੁਸੀਂ ਆਹ ਜਿਹੜਾ ਆ ਵੀ ਆਹ ਕਰੋ, ਕੰਮ ਨਹੀਂ ਬੰਦ ਕੀਤਾ, ਇੱਦਾਂ ਇੱਦਾਂ ਕਰਕੇ ਇਹਦਾ ਨਹੀਂ। ਕੰਮ ਬੰਦ ਕਰਨ ਦਾ ਕੋਈ ਕਾਰਨ ਹੋਊਗਾ ਜੀ? ਜਦ ਤੁਸੀਂ ਨਕਸ਼ਾ ਪਾਸ ਕਰਾਇਆ, ਕੀ ਕਾਰਨ? ਕੁਛ ਨਹੀਂ। ਹਾਂਜੀ, ਉਹਨਾਂ ਸਾਨੂੰ ਉਹਨਾਂ ਨੇ ਕੁਛ ਨਹੀਂ, ਉਸ ਦਿਨ ਆਇਆ ਉਹਨਾਂ ਦਾ ਕੋਈ